ਇਹ ਹਜ ਦਾ ਮਹੀਨਾ ਹੈ ਤੇ ਮਹੀਨਾ ਬੜੀਆਂ ਬਰਕਤਾਂ ਵਾਲਾ ਹੈ। 9 ਤਾਰੀਖ ਨੂੰ ਹਜ ਅਦਾ ਕੀਤਾ ਜਾਂਦਾ ਹੈ ਮੱਕਾ ਸ਼ਰੀਫ ਦੇ ਅੰਦਰ। ਮੇਰੇ ਨਬੀ ਦੀ ਹਦੀਸ ਸਮਾਤ ਫਰਮਾਇਆ ਜੇ, ਹਦੀਸ ਦਾ ਮਫਹੂਮ ਸੁਣਿਆ ਜੇ, ਹਜ ਦੀ ਫਜ਼ੀਲਤ ਦੇ ਹਵਾਲੇ ਨਾਲ ਕਰੀਮ ਨਬੀ ਰਾਊਫ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਜਿਹੜਾ ਬੰਦਾ ਅੱਲਾਹ ਦੀ ਰਜ਼ਾ ਵਾਸਤੇ ਹਜ ਕਰਦਾ ਹੈ, ਕਿਹਦੇ ਵਾਸਤੇ? ਅੱਲਾਹ ਦੀ ਰਜ਼ਾ ਵਾਸਤੇ ਜਿਹੜਾ ਬੰਦਾ ਹਜ ਕਰਦਾ ਹੈ। ਗੁਲਾਮਾਂ ਨੇ ਅਰਜ਼ ਕੀਤੀ, ਹਜ਼ੂਰ ਕੀ ਬਰਕਤ ਹੈ, ਕੀ ਫਜ਼ੀਲਤ ਹੈ? ਹਜ਼ੂਰ ਫਰਮਾਉਂਦੇ ਨੇ, ਜਿਹੜਾ ਬੰਦਾ ਅੱਲਾਹ ਦੀ ਰਜ਼ਾ ਵਾਸਤੇ, ਅੱਲਾਹ ਦੀ ਮਨਸ਼ਾ ਵਾਸਤੇ ਹਜ ਕਰਦਾ ਹੈ, ਹਜ ਦੇ ਰੁਕਨ ਅਦਾ ਕਰਦਾ ਹੈ, ਕਰੀਮ ਨਬੀ ਫਰਮਾਉਂਦੇ ਨੇ ਕਿ ਹਜ ਕਰਨ ਤੋਂ ਪਹਿਲੇ ਪਹਿਲੇ ਅੱਲਾਹ ਉਸ ਹਾਜੀ ਨੂੰ ਇੰਜ ਪਾਕ ਕਰ ਛੱਡਦਾ ਗੁਨਾਹਾਂ ਤੋਂ ਕਿ ਜਿਵੇਂ ਮਾਂ ਦੇ ਪੇਟ ਵਿੱਚੋਂ ਅੱਜ ਹੀ ਪੈਦਾ ਹੋਇਆ ਹੈ। ਕਿਆ ਬਾਤ ਹੈ, ਕਿਆ ਕਿਆ ਸ਼ਾਨ ਹੈ ਮੇਰੇ ਰੱਬ ਦੀ। ਅੱਲਾਹ ਫਰਮਾਉਂਦਾ ਹੈ ਜਿਹੜਾ ਬੰਦਾ ਹਜ ਅਦਾ ਕਰਦਾ ਹੈ, ਔਰ ਕਰੀਮ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਹਜ ਅਦਾ ਕਰੋ, ਅਗਰ ਅੱਲਾਹ ਨੇ ਤੁਹਾਨੂੰ ਤਾਕਤ ਅਦਾ ਫਰਮਾਈਏ, ਅੱਲਾਹ ਨੇ ਤੁਹਾਨੂੰ ਮਾਲ ਅਦਾ ਫਰਮਾਇਆ, ਤਾਂ ਹਰ ਸਾਲ ਹਜ ਕਰੋ, ਉਮਰੇ ਅਤੇ ਉਮਰਾ ਕਰੋ, ਇਹਦੀ ਬੜੀ ਫਜ਼ੀਲਤ ਹੈ। ਬਾਬਾ ਜੀ, ਹਜ ਜਿਹੜਾ ਬੰਦਾ ਹਜ ਕਰਨ ਜਾਂਦਾ ਹੈ, ਇਹ ਅੱਲਾਹ ਦਾ ਮਹਿਮਾਨ ਬਣ ਕੇ ਜਾਂਦਾ ਹੈ। ਕਿਹਦਾ ਮਹਿਮਾਨ ਬਣ ਕੇ ਜਾਂਦਾ? ਅੱਲਾਹ ਦਾ ਮਹਿਮਾਨ ਬਣ ਕੇ ਜਾਂਦਾ ਕਿ ਯਾ ਅੱਲਾਹ ਮੈਂ ਤੇਰੇ ਵਿਹੜੇ ਆ ਗਿਆ, ਯਾ ਅੱਲਾਹ ਮੈਂ ਤੇਰੇ ਘਰ ਆ ਗਿਆ। ਕਿਸੇ ਦੇ ਘਰ ਮਹਿਮਾਨ ਆਵੇ ਤੇ ਲੋਕ ਉਹਦੀ ਖਿਦਮਤ ਵਿੱਚ ਕਮੀ ਨਹੀਂ ਕਰਦੇ, ਲੋਕ ਉਹਦੀ ਤਵਾਜ਼ੋ ਵਿੱਚ ਕਮੀ ਨਹੀਂ ਕਰਦੇ। ਤੇ ਜਿਹੜੇ ਉਮਰਾ ਕਰਨ ਜਾਂਦੇ ਨੇ ਮੱਕਾ ਸ਼ਰੀਫ ਦੇ ਅੰਦਰ, ਹਜ ਕਰਨ ਜਾਂਦੇ ਨੇ, ਉਹ ਤੇਰੇ ਮੇਰੇ ਮਹਿਮਾਨ ਨਹੀਂ, ਉਹ ਖਾਲਕੇ ਕਾਇਨਾਤ ਦੇ ਮਹਿਮਾਨ ਬਣ ਕੇ ਜਾਂਦੇ ਨੇ। ਔਰ ਅੱਲਾਹ ਉਹਨਾਂ ਦੀ ਤਵਾਜ਼ੋ ਫਰਮਾਉਂਦਾ, ਔਰ ਅੱਲਾਹ ਉਹਨਾਂ ਨੂੰ ਖੁਸ਼ ਆਮਦੀਦ ਕਹਿੰਦਾ, ਉਹ ਹਾਜੀਓ ਆਓ। ਔਰ ਰੱਬੇ ਕਾਬਾ ਦੀ ਕਸਮ ਹੈ, ਕਾਇਨਾਤ ਦੇ ਮੁਸਲਮਾਨ ਭਾਈਓ, ਇਹ ਬੜੀ ਫਜ਼ੀਲਤ ਹੈ ਹਜ ਦੀ। ਦੁਆ ਕਰੋ ਕਿ ਅੱਲਾਹ ਸਾਨੂੰ ਵੀ ਹਜ ਦੀ ਤੌਫੀਕ ਅਤਾ ਫਰਮਾਏ, ਅਸੀਂ ਵੀ ਹਜ ਕਰਨ ਜਾਈਏ, ਅਸੀਂ ਵੀ ਆਬੇ ਜ਼ਮਜ਼ਮ ਪੀਏ, ਅਸੀਂ ਵੀ ਉਹ ਸਫਾ ਮਰਵਾ ਦੀਆਂ ਦੌੜਾਂ ਲਾਈਏ, ਅਸੀਂ ਵੀ ਵਾਦੀ ਮਨਾਹ ਦੇ ਅੰਦਰ ਕੁਰਬਾਨੀ ਕਰੀਏ। ਹਾਜੀ ਦਾ ਇੱਕ ਇੱਕ ਲਮਹਾ, ਤਵੱਜੋ ਨਾਲ ਗੱਲ ਸਮਾਪਤ ਕਰਿਆ ਜੀ, ਹਾਜੀ ਦਾ ਇੱਕ ਇੱਕ ਲਮਹਾ, ਉਹ ਦਿਨ ਦਾ ਹੋਵੇ ਭਾਵੇਂ ਰਾਤ ਦਾ ਹੋਵੇ, ਜਿਹੜਾ ਬੰਦਾ ਹਜ ਅਤੇ ਉਮਰਾ ਕਰਨ ਜਾਂਦਾ, ਉਹਦਾ ਇੱਕ ਇੱਕ ਲਮਹਾ ਅੱਲਾਹ ਦੀ ਇਬਾਦਤ ਦੇ ਅੰਦਰ ਸ਼ੁਮਾਰ ਕੀਤਾ ਜਾਂਦਾ। ਇੱਕ ਇੱਕ ਲਮਹਾ ਅੱਲਾਹ ਦੀ ਇਬਾਦਤ ਦੇ ਅੰਦਰ ਇਬਾਦਤ ਕਰ ਰਿਹਾ, ਉਹਦਾ ਦਿਨ ਵੀ ਇਬਾਦਤ ਦੇ ਅੰਦਰ, ਉਹਦੀ ਰਾਤ ਵੀ ਇਬਾਦਤ ਦੇ ਅੰਦਰ, ਉਹਦੀਆਂ ਨਮਾਜ਼ਾਂ ਵੀ ਇਬਾਦਤ ਦੇ ਅੰਦਰ। ਹੁਣ ਤਵੱਜੋ ਫਰਮਾਇਆ ਜੇ, ਹਜ਼ਰਾਤ ਜੁਮਲੇ ਤਵੱਜੋ ਨਾਲ ਸਮਾਤ ਕਰਿਆ ਜੇ, ਹਜ ਬੜਾ ਜ਼ਰੂਰੀ ਹੈ। ਔਰ ਹਜ਼ੂਰ ਨੇ ਫਰਮਾਇਆ, ਜਿਹੜਾ ਸਾਹਿਬ ਇਸਤਤਾਦ, ਸਾਹਿਬ ਨਿਸਾਬ, ਜਿਹੜਾ ਕੁਰਬਾਨੀ ਨਾ ਕਰੇ, ਹਜ ਨਾ ਕਰੇ, ਉਹ ਅੱਲਾਹ ਦੇ ਅਜ਼ਾਬ ਨੂੰ ਦਾਵਤ ਦਿੰਦਾ। ਹਜ ਜ਼ਰੂਰੀ ਹੈ, ਹਰ ਮੁਸਲਮਾਨ ਜਿਹੜਾ ਸਾਹਿਬ ਇਸਤਤਾਦ ਹੈ, ਜਿਹਨੂੰ ਅੱਲਾਹ ਨੇ ਮਾਲ ਦਿੱਤਾ, ਦੌਲਤ ਦਿੱਤੀ ਹੈ, ਵੇਖੋ ਨਾ ਗੁਨਾਹਾਂ ਦਾ ਕਫਾਰਾ ਹੈ। ਔਰ ਇੱਕ ਹੋਰ ਹਦੀਸ ਮੁਬਾਰਕਾ ਸਮਾਤ ਫਰਮਾਓ, ਕਰੀਮ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਜਿਹੜਾ ਬੰਦਾ ਉਮਰਾ ਕਰਦਾ, ਦੂਸਰਾ ਉਮਰਾ ਕਰਨ ਤੱਕ, ਇਹ ਹਦੀਸ ਦਾ ਮਫਹੂਮ ਸਮਾਤ ਫਰਮਾਇਆ ਜੀ, ਬੜੀ ਮਿਹਰਬਾਨੀ, ਜਿਹੜਾ ਬੰਦਾ ਉਮਰਾ ਕਰਦਾ, ਦੂਸਰਾ ਉਮਰਾ ਕਰਨ ਤੱਕ, ਕਰੀਮ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ ਅੱਲਾਹ ਦੋਂ ਉਮਰਿਆਂ ਦੇ ਦਰਮਿਆਨ ਜਿਹੜੇ ਉਸ ਬੰਦੇ ਦੇ ਗੁਨਾਹ ਹੁੰਦੇ ਨੇ ਨਾ, ਅੱਲਾਹ ਉਮਰਾ ਕਰਨ ਦਾ ਸਦਕਾ ਉਹਨਾਂ ਨੂੰ ਮਾਫ਼ ਫਰਮਾ ਛੱਡਦਾ ਹੈ। ਇੱਕ ਉਮਰਾ ਕਰਦਾ ਨਾ ਬੰਦਾ, ਫਿਰ ਬੰਦਾ ਦੂਸਰਾ ਉਮਰਾ ਕਰਦਾ, ਉਹ ਦੋਂ ਉਮਰਿਆਂ ਦੇ ਦਰਮਿਆਨ ਜਿਹੜੇ ਗੁਨਾਹ ਹੁੰਦੇ ਨੇ, ਸਗੀਰਾ ਹੋਣ ਅਤੇ ਭਾਵੇਂ ਕਬੀਰਾ ਹੋਣ, ਅੱਲਾਹ ਉਮਰਾ ਕਰਨ ਦਾ ਸਦਕਾ, ਅੱਲਾਹ ਆਪਣੇ ਵਿਹੜੇ ਆਉਣ ਦਾ ਸਦਕਾ, ਆਪਣੇ ਘਰ ਆਉਣ ਦਾ ਸਦਕਾ, ਅੱਲਾਹ ਉਸ ਉਮਰਾ ਕਰਨ ਵਾਲੇ ਦਾ, ਅੱਲਾਹ ਉਸ ਹਜ ਕਰਨ ਵਾਲੇ ਦੇ ਗੁਨਾਹ ਮਾਫ਼ ਫਰਮਾ ਛੱਡਦਾ। ਔਰ ਬੜੀ ਵੱਡੀ ਖੁਸ਼ਕਿਸਮਤੀ ਹੈ ਸਾਡੇ ਵਾਸਤੇ ਕਿ ਰੱਬ ਐਲਾਨ ਪਿਆ ਕਰਦਾ, ਆਓ ਮੇਰੇ ਦਰਬਾਰ, ਉਹ ਜਿੰਨੇ ਵੀ ਗੁਨਾਹ ਲੈ ਕੇ ਆਓਗੇ ਮੇਰੀ ਪਾਕ ਬਾਰਗਾਹ ਵਿੱਚ ਆ ਜਾਓ, ਮੇਰੇ ਸ਼ਹਿਰ ਆ ਜਾਓ, ਮੇਰੇ ਘਰ ਆ ਜਾਓ, ਮੈਂ ਤੁਹਾਡੇ ਗੁਨਾਹ ਨਹੀਂ ਵੇਖਾਂਗਾ, ਮੈਂ ਆਪਣੀ ਰਹਿਮਤ ਦਾ ਸਦਕਾ, ਹਜ ਦੇ ਮਹੀਨੇ ਦਾ ਸਦਕਾ ਤੁਹਾਡੇ ਗੁਨਾਹਾਂ ਨੂੰ ਮਾਫ਼ ਫਰਮਾ ਛੱਡਾਂਗਾ। ਇਹ ਵੇ ਹਜ ਦੀ ਫਜ਼ੀਲਤ, ਜਿਹੜਾ ਬੰਦਾ ਹਜ ਕਰਦਾ ਇਹਦੀ ਬੜੀ ਫਜ਼ੀਲਤ ਜੇ। ਕੁਝ ਲੋਕ ਕਹਿੰਦੇ ਨੇ ਕਿ ਠੀਕ ਹੈ ਜੀ, ਅੱਲਾਹ ਦੀ ਰਾਹ ਵਿੱਚ ਖਰਚ ਕਰ ਜੋ, ਹਜ ਕਰਨ ਨਾ ਜਾਓ। ਨਹੀਂ, ਇਹ ਹਜ ਆਪਣੀ ਜਗ੍ਹਾ 'ਤੇ ਵੇ, ਗਰੀਬਾਂ ਮਸਕੀਨਾਂ ਦੀ ਮਦਦ ਕਰਨਾ ਆਪਣੀ ਜਗ੍ਹਾ 'ਤੇ ਵੇ, ਇਹ ਹਜ ਕਰਨਾ ਬਹੁਤ ਜ਼ਰੂਰੀ ਹੈ ਔਰ ਇਹਦੀ ਬੜੀ ਫਜ਼ੀਲਤ ਹੈ। ਕਿਉਂਕਿ 9 ਜ਼ੁਲਹਜ ਨੂੰ ਹਜ ਹੋਣਾ, ਉਹ ਤਾਂ ਉੱਥੇ ਬਹਿ ਕੇ ਕਹਿੰਦੇ ਨਾ, ਅੱਲਾਹੁਮਾ ਲੱਬੈਕ ਲੱਬੈਕ ਅੱਲਾਹੁਮਾ ਲੱਬੈਕ। ਕਸਮ ਖੁਦਾ ਦੀ, ਜਿਹੜਾ ਬੰਦਾ ਟੀ ਵੀ 'ਤੇ ਵੇਖ ਰਿਹਾ ਹੁੰਦਾ ਨਾ, ਉਹਦੀ ਰੂਹ ਤਾਜ਼ਾ ਹੋ ਜਾਂਦੀ, ਉਹ ਇੰਝ ਹੀ ਸ਼ੁਮਾਰ ਕਰਦਾ ਕਿ ਜਿਵੇਂ ਮੈਂ ਵੀ ਇਹਨਾਂ ਵਿੱਚ ਹੀ ਸ਼ਾਮਿਲ ਹਾਂ। ਕਿਉਂ? ਵੇਖੋ, ਦੋ ਕੱਪੜੇ ਬੰਨੇ ਹੁੰਦੇ ਨੇ ਜੀ, ਅਹਰਾਮ ਬੰਨਿਆ ਹੁੰਦਾ, ਅਹਰਾਮ ਬੰਨ ਕੇ
ते नंगे सिर ते नंगे आसमान दे थले, सिर्फ आसमान उन्हां दी छत होंदी है। ते जिद्दू वो फजा बुलंद होंदी होएगी ते रब किन्ना उन्हां ते राजी होंदा होएगा, रब दी जात उन्हां ते किन्ने इनाम करदी होएगी जिथे हर वक्त रहमत बरसदी है। हजरात इस वास्ते ये दुआ है साड़ी अल्लाह की जात अगे, पता नहीं किदी कबूल हो जाए तो अल्लाह अगले साल सानू भी हाजी बना छड़े। ये मंगना चाहिए अल्लाह की जात को, बड़ा रहीम है, वह बड़ा करीम है। साढ़े मंगण में कुताही हो सकती है, वो अनायत में कुताही नहीं, वो अतात में अता करने कुताही नहीं, वो खाल के कायनात है, माल के कायनात है। हजरात इस वास्ते आओ हूँ जी मैं आयत करीमा पढ़ी है, अज मैं सिर्फ मसले बयान करने ने बड़े जरूरी, क्योंकि बुध वाले दिन ईद है तो उस तो पहला पहला ये मसले बयान करने बहुत ही जरूरी ने। तवज्जो फरमाए, बहुत ही जरूरी ने, जुमले तवज्जो ना सुनिया जे।